ਬੈਂਗਲੋਰ ਤੋਂ ਘਰ ਵਾਪਸ ਆ ਕੇ ਸਾਨੂੰ ਬਹੁਤ ਸਾਰੇ ਸਰਪ੍ਰਾਈਜ਼ ਮਿਲੇ। ਕਿਹੜੇ ਸਰਪ੍ਰਾਈਜ਼ ਦੀ ਗੱਲ ਕਰਦੀ ਪਈ ਹਾਂ ਮੈਂ, ਤੁਸੀਂ ਵੀ ਦੇਖੋ। ਇੱਕ ਤਾਂ ਸਾਡੇ ਟਾਇਲਸ ਲੱਗ ਗਈਆਂ, ਦੂਜਾ ਇੱਧਰ ਦੇਖੋ ਘਰ ਦਾ ਹਾਲ। ਅਸੀਂ ਘਰ ਨਹੀਂ ਸੀ ਅਤੇ ਪਿੱਛੋਂ ਸਾਡੇ ਟਾਇਲਸ ਵਾਲੇ ਆ ਕੇ ਟਾਇਲਸ ਲਗਾ ਗਏ ਵਿਦਆਊਟ ਸਾਡੀ ਪਰਮਿਸ਼ਨ। ਨਾ ਸਾਨੂੰ ਕੁਝ ਪਤਾ ਸੀ, ਨਾ ਅਸੀਂ ਕਿਸੇ ਨੂੰ ਕਿਹਾ ਸੀ, ਅਤੇ ਬਸ ਆਪਣੀ ਮਰਜ਼ੀ ਨਾਲ ਹੀ ਉਹ ਆਏ ਬਾਏ ਮਿਸਟੇਕ। ਜਾਣਾ ਹੋਰ ਕਿਸੇ ਵੱਲ ਸੀ, ਆ ਸਾਡੇ ਵੱਲ ਗਏ। ਅਤੇ ਫਿਰ ਕੀ ਕੀਤਾ ਉਹਨਾਂ ਨੇ, ਸਾਰਾ ਸਮਾਨ ਜਿਹੜਾ ਵਾ ਉਹ ਇੱਦਾਂ ਹੀ ਜਿੱਥੇ ਮਰਜ਼ੀ ਜਿਹੜਾ ਵਾ ਉਹ ਰੱਖ ਦਿੱਤਾ, ਜਿੱਥੇ ਵੀ ਜਗ੍ਹਾ ਮਿਲੀ ਉਹਨਾਂ ਨੂੰ ਉੱਥੇ ਹੀ। ਅਤੇ ਹਾਲਤ ਦੇਖੋ ਕੀ ਹੋਈ ਪਈ ਆ, ਅਤੇ ਰਸੋਈ ਦੀ ਇਹ ਵਾਲੀ ਹਾਲਤ ਕਿੱਦਾਂ ਆ, ਜਿਹੜਾ ਇਹ ਸਾਰਾ ਕਾਲਾ ਹੀ ਹੋਇਆ ਪਿਆ ਆ ਉੱਪਰੋਂ ਹੇਠੋਂ ਸਭ ਕੁਝ ਸੜਿਆ ਹੋਇਆ ਆ, ਇਹ ਵੀ ਤੁਹਾਨੂੰ ਮੈਂ ਦੱਸਦੀ ਹਾਂ। ਬਸ ਅਜੇ ਤੁਸੀਂ ਜਿਹੜਾ ਆ ਉਹ ਸਿਰਫ ਮੈਂ ਤੁਹਾਨੂੰ ਦਿਖਾ ਹੀ ਰਹੀ ਹਾਂ ਕਿ ਕੀ ਜਿਹੜਾ ਉਹ ਨੁਕਸਾਨ ਵੀ ਹੋਇਆ ਆ, ਅਤੇ ਕੀ ਜਿਹੜੀ ਘਰ ਦੀ ਆ ਉਹ ਹਾਲਤ ਆ। ਪੂਰੀ ਛੱਤ ਵੀ ਜਿਹੜੀ ਆ ਉਹ ਕਾਲੀ ਹੋ ਗਈ ਆ, ਕੰਧਾਂ 'ਤੇ ਕਾਲੀਆਂ ਹੋਈਆਂ ਹੀ ਆ। ਰਿਹਾ ਹੀ ਕੁਝ ਨਹੀਂ ਆ, ਉੱਪਰੋਂ ਹੇਠੋਂ ਹਰ ਜਗ੍ਹਾ ਤੋਂ ਆਹੀ ਹਾਲ ਆ। ਹੈਲੋ ਐਵਰੀਵਨ, ਵੈਲਕਮ ਬੈਕ ਟੂ ਆਰ ਚੈਨਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਤੁਸੀਂ ਸਾਰੇ? ਨਵਾਬ ਨੇ ਦੱਸ ਦਿੱਤਾ ਹੈ ਕਿ ਆਪਾਂ ਬ੍ਰੇਕਫਾਸਟ ਕਰਨ ਲੱਗੇ ਹਾਂ, ਅਤੇ ਬੈਂਗਲੋਰ ਤੋਂ ਆਪਾਂ ਘਰ ਆ ਗਏ ਸੀ, ਅਤੇ ਪਰ ਆ ਕੇ ਘਰ ਦੀ ਜੋ ਹਾਲਤ ਸੀ ਉਹ ਮੈਂ ਤੁਹਾਨੂੰ ਵਿਖਾਈ ਆ, ਅਤੇ ਕਿਵੇਂ ਹੋਈ ਇਹ ਹਾਲਤ ਉਹ ਵੀ ਦੱਸੂੰਗੀ ਅੱਗੇ ਤੁਹਾਨੂੰ। ਅਤੇ ਫਿਲਹਾਲ ਥੋੜ੍ਹਾ ਬਹੁਤਾ ਖਿਲਾਰਾ ਅਸੀਂ ਚੁੱਕਿਆ ਆ, ਜਿੰਨਾ ਕੁ ਸਾਡੇ ਲਈ ਚੁੱਕ ਪਾਏ ਹਾਂ, ਅਤੇ ਬਾਕੀ ਹੌਲੀ ਹੌਲੀ ਹੋਊਗਾ ਸਭ ਕੁਝ ਸੈੱਟ। ਅੱਜ ਵਾ ਐਤਵਾਰ ਅਤੇ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਪ੍ਰੋਗਰਾਮ ਜਿਹੜਾ ਵਾ ਉਹ ਗੁਰਦੁਆਰਾ ਸਾਹਿਬ ਵਿੱਚ ਅੱਜ ਵਾ ਐਤਵਾਰ, ਕਿਉਂਕਿ ਸਭ ਨੂੰ ਛੁੱਟੀ ਹੁੰਦੀ ਆ ਇਸ ਕਰਕੇ। ਅਤੇ ਕਾਫੀ ਵੱਡਾ ਪ੍ਰੋਗਰਾਮ ਆ ਜਿਵੇਂ ਹੁੰਦਾ ਆ, ਅਤੇ ਨਵਾਬ ਦੇ ਪਾਪਾ ਸਵੇਰ ਦੇ ਗਏ ਹੋਏ ਆ ਸੇਵਾ ਕਰਨ ਵਾਸਤੇ, ਅਤੇ ਸਾਨੂੰ ਆ ਕੇ ਲੈ ਜਾਣਗੇ ਉਹ, ਅਤੇ ਆਪਾਂ ਬਸ ਚਾਹ ਪੀਵਾਂਗੇ ਅਤੇ ਹੁਣੇ ਤਿਆਰ ਹੋਵਾਂਗੇ, ਅਤੇ ਜਿਹੜਾ ਖਿਲਾਰਾ ਵਾ ਉਹ ਹੌਲੀ ਹੌਲੀ ਚੁੱਕਾਂਗੇ, ਕਿਉਂਕਿ ਚੁੱਕਣਾ ਤਾਂ ਪੈਣਾ ਹੀ ਆ। ਅਤੇ ਸਾਰੀ ਸਟੋਰੀ ਤੁਹਾਡੇ ਨਾਲ ਅੱਗੇ ਜਾ ਕੇ ਜਿਹੜਾ ਵਾ ਉਹ ਡਿਸਕਸ ਕਰਦੀ ਹਾਂ, ਅਤੇ ਸਟੇ ਟਿਊਨਡ। ਅਸੀਂ ਆ ਗਏ ਹਾਂ ਗੁਰਦੁਆਰਾ ਸਾਹਿਬ, ਅਤੇ ਬਹੁਤ ਸੋਹਣਾ ਜਿਹੜਾ ਉਹ ਡੈਕੋਰੇਟ ਕੀਤਾ ਹੋਇਆ ਆ, ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ। ਅਤੇ ਅਸੀਂ ਆ ਗਏ ਹਾਂ ਬਾਬਾ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਅਤੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ। ਅਤੇ ਸੰਗਤ ਅਜੇ ਹੌਲੀ ਹੌਲੀ ਜਿਹੜੀ ਆ ਉਹ ਆ ਰਹੀ ਆ, ਸਵੇਰ ਦਾ ਟਾਈਮ ਆ, ਅਤੇ ਆਪਾਂ ਸਾਰੇ ਜਾਣੇ ਜਿਹੜੇ ਆ ਉਹ ਫੁਲਕਿਆਂ ਦੀ ਸੇਵਾ ਕਰ ਰਹੇ ਹਾਂ, ਬਾਬਾ ਜੀ ਦਾ ਲੰਗਰ ਬਣਦਾ ਪਿਆ ਆ। ਗੁਰਬਾਣੀ ਦੇ ਕੀਰਤਨ ਵੀ ਹੋ ਰਹੇ ਨੇ, ਅਤੇ ਗੁਰਦੁਆਰਾ ਸਾਹਿਬ ਨੂੰ ਅੰਦਰੋਂ ਬਾਹਰੋਂ ਬਹੁਤ ਹੀ ਸੋਹਣਾ ਜਿਹੜਾ ਸਜਾਇਆ ਗਿਆ ਸੀ। ਸ
ਸਾਰਾ ਦਿਨ ਜਿਹੜਾ ਆ ਉਹ ਗੁਰੂ ਦਾ ਲੰਗਰ ਜਿਹੜਾ ਉਹ ਟੁੱਟ ਵਰਤਿਆ ਅਤੇ ਲੰਗਰ ਦੀ ਅਤੇ ਜਿਹੜੀ ਆ ਉਹ ਕੀ ਕਹਿੰਦੇ ਗੱਲ ਹੀ ਵੱਖਰੀ ਆ, ਇਹਦਾ ਸਵਾਦ ਹੀ ਵੱਖਰਾ ਆ, ਕਿਉਂਕਿ ਬਾਬਾ ਜੀ ਦੀ ਮਿਹਰ ਆਸ਼ੀਰਵਾਦ ਇਹਦੇ ਵਿੱਚ ਹੁੰਦਾ ਆ। ਅਤੇ ਕਾਫੀ ਸੰਗਤ ਆਈ ਸੀ, ਨਵਾਬ ਵੀ ਵਿੱਚ ਕਹਿੰਦਾ ਸੀ ਮੈਂ ਸੇਵਾ ਕਰਨੀ ਆ, ਅਤੇ ਪੂਰਾ ਦਿਨ ਆਪਾਂ ਗੁਰਦੁਆਰਾ ਸਾਹਿਬ ਹੀ ਸੀ। ਅਤੇ ਸ਼ਾਮ ਨੂੰ 7 ਵਜੇ ਦੇ ਲਗਭਗ ਅਸੀਂ ਘਰ ਆਏ ਅਤੇ ਚੇਂਜ ਕਰਕੇ ਨਵਾਬ ਨੇ ਹੁਣ ਲਾ ਲਿਆ ਟੀਵੀ ਅਤੇ ਟੀਵੀ ਦੇਖਦਾ ਪਿਆ ਆ। ਉਸ ਤੋਂ ਬਾਅਦ ਅਗਲਾ ਵਲੌਗ ਜਿਹੜਾ ਉਹ ਮੈਂ 4-5 ਦਿਨ ਬਾਅਦ ਬਣਾਇਆ ਸੀ, ਅਤੇ ਫਿਰ ਮੈਂ ਇਸੇ ਵਲੌਗ ਦੇ ਨਾਲ ਹੀ ਉਸਨੂੰ ਜੋੜ ਦਿੱਤਾ ਆ। ਇੱਥੇ ਮੈਂ ਜਿਹੜਾ ਵਾ ਉਹ ਸਾਰਾ ਕੁਝ ਇੱਥੇ ਹੀ ਪਾ ਕੇ ਫਰਾਈ ਪੈਨ ਵਿੱਚ ਤਾਂ ਲੈ ਕੇ ਜਾ ਰਹੀ ਹਾਂ ਕਿਉਂਕਿ ਰਸੋਈ ਜਿਹੜੀ ਆ ਮੈਂ ਇਸੇ ਕਮਰੇ ਨੂੰ ਹੀ ਬਣਾਇਆ ਹੋਇਆ ਆ, ਅਤੇ ਵਾਰ ਵਾਰ ਮੈਨੂੰ ਫੇਰੇ ਮਾਰਨੇ ਪੈਂਦੇ ਆ, ਅਤੇ ਇਸ ਕਰਕੇ ਚਾਹ ਬਣਾਉਣ ਵਾਲੀ ਸੀ ਮੈਂ, ਅਤੇ ਇਸੇ ਤਰ੍ਹਾਂ ਮੈਂ ਜਿਹੜਾ ਉਹ ਵਿੱਚ ਸਾਰਾ ਕੁਝ ਪਾ ਲਿਆਈ ਹਾਂ, ਅਤੇ ਹੁਣ ਪਾ ਕੇ ਪਾਣੀ ਅਤੇ ਆਪਾਂ ਬਣਾਵਾਂਗੇ ਚਾਹ। ਸਰਦੀਆਂ ਦਾ ਮੌਸਮ ਆ ਇਸ ਕਰਕੇ ਫਿਰ ਵਿੱਚ ਥੋੜ੍ਹਾ ਜਿਹਾ ਮੈਂ ਅਦਰਕ ਵੀ ਐਡ ਕਰ ਦਿੰਦੀ ਹੁੰਦੀ ਹਾਂ ਕਿਉਂਕਿ ਵਧੀਆ ਆ। ਗੈਸ ਦੀ ਹਾਲਤ 'ਤੇ ਨਾ ਜਾਇਓ, ਕਿਉਂ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਸਫਾਈ ਅੱਜ ਜਿਹੜੀ ਆ ਉਹ ਚੱਲਦੀ ਪਈ ਹੈ ਸਾਡੇ ਘਰ। ਰਾਤ ਨੂੰ ਮੈਂ ਬਣਾਈ ਸੀਗੀ ਆਲੂ ਦੀ ਸਬਜ਼ੀ, ਅਤੇ ਦੂਜੇ ਪਾਸੇ ਮੈਂ ਜਿਹੜਾ ਸੋਚਿਆ ਕਿ ਉਸਨੂੰ ਵੀ ਇੱਕ ਉਬਾਲਾ ਦੇ ਲੈਂਦੀ ਹਾਂ, ਅਤੇ ਨਾਲ ਨਾਲ ਚਾਹ ਬਣਦੀ ਪਈ ਆ ਅਤੇ ਨਾਲ ਨਾਲ ਸਬਜ਼ੀ ਨੂੰ ਵੀ ਜਿਹੜਾ ਵਾ ਉਬਾਲਾ ਆ ਜੂਗਾ। ਸਾਫ਼ ਸਫਾਈ ਅਸੀਂ ਕੀਤੀ ਆ, ਕਾਫ਼ੀ ਹੱਦ ਤੱਕ ਕੀਤੀ ਆ, ਜੋ ਵੀ ਕਾਲਾਪਨ ਸੀ ਉਸਨੂੰ ਰਗੜਿਆ ਆ, ਸਾਫ਼ ਕੀਤਾ ਆ, ਕਿਉਂਕਿ ਇਸ ਤੋਂ ਬਾਅਦ ਇਸ 'ਤੇ ਕਲਰ ਹੋਊਗਾ, ਨਹੀਂ ਤਾਂ ਫਿਰ ਉਹ ਜ਼ਿਆਦਾ ਝਾਕਣਾ ਸੀਗਾ ਹੇਠੋਂ। ਅਤੇ ਪੂਰੀ ਰਸੋਈ ਖਾਲੀ ਕਰਕੇ ਅਤੇ ਮੈਂ ਜਿਹੜਾ ਸਮਾਨ ਵਾ ਉਹ ਦੂਜੇ ਰੂਮ ਵਿੱਚ ਸ਼ਿਫਟ ਕਰ ਦਿੱਤਾ ਰਸੋਈ ਦਾ, ਅਤੇ ਬਾਹਰੋਂ ਤਾਂ ਸਾਰਾ ਸਾਨੂੰ ਧੋਣਾ ਹੀ ਪਿਆ ਸੀ ਅਤੇ ਸਾਫ਼ ਹੋ ਗਿਆ, ਅਤੇ ਇਹ ਰੂਮ ਤਾਂ ਪੂਰੀ ਤਰ੍ਹਾਂ ਨਾਲ ਸਾਫ਼ ਆ, ਅਤੇ ਇਹ ਜਿਹੜਾ ਹੈਗਾ ਤਾਂ ਰੂਮ ਸਾਫ਼ ਆ, ਪਰ ਇੱਧਰ ਸਮਾਨ ਜਿਹੜਾ ਵਾ ਉਹ ਕਿਚਨ ਦਾ ਰੱਖਿਆ ਹੋਇਆ ਆ। ਅਤੇ ਨਵਾਬ ਦੇ ਪਾਪਾ ਨੇ ਮੇਰੀ ਕਾਫ਼ੀ ਹੈਲਪ ਕੀਤੀ ਸੀ ਸਫਾਈ ਕਰਨ ਦੇ ਵਿੱਚ, ਅਤੇ ਅਸੀਂ ਦੋਨਾਂ ਨੇ ਰਲ ਕੇ ਜਿਹੜਾ ਆ ਕਾਫ਼ੀ ਹੱਦ ਤੱਕ ਘਰ ਸਾਫ਼ ਕਰ ਦਿੱਤਾ ਆ, ਅਤੇ ਇੱਧਰ ਸਾਡੀ ਚਾਹ ਵੀ ਬਣ ਗਈ ਆ। ਬ੍ਰੇਕਫਾਸਟ ਤਾਂ ਆਪਣਾ ਬਣ ਗਿਆ ਆ, ਮੈਂ ਨਾਲੇ ਨਾਲ ਬ੍ਰੇਕਫਾਸਟ ਕਰਾਂਗੀ ਅਤੇ ਨਾਲੇ ਨਾਲ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਾਂਗੀ। ਜਿਵੇਂ ਕਿ ਵਲੌਗ ਦੇ ਸ਼ੁਰੂ ਦੇ ਵਿੱਚ ਹੀ ਮੈਂ ਤੁਹਾਨੂੰ ਦਿਖਾਇਆ ਸੀ, ਜਦੋਂ ਅਸੀਂ ਬੈਂਗਲੌਰ ਤੋਂ ਵਾਪਸ ਆਏ ਸੀ ਘਰ, ਅਤੇ ਕੀ ਹਾਲਤ ਹੋਈ ਪਈ ਸੀ ਪੂਰੇ ਘਰ ਦੀ ਮੈਂ ਤੁਹਾਨੂੰ ਸਾਰੀ ਜਿਹੜੀ ਉਹ ਦਿਖਾਈ ਆ। ਅਤੇ ਜਿਹੜੀ ਤੇ ਰਸੋਈ ਦੀ ਹਾਲਤ ਸੀ, ਮਤਲਬ ਜੋ ਸੜਿਆ ਸੀਗਾ ਸਾਰਾ, ਉਹ ਕਿਵੇਂ ਹੋਇਆ? ਉਹ ਹੈਗੀ ਆ, ਉਹ ਐਕਸੀਡੈਂਟ ਲਗਾ ਲਓ, ਅਤੇ ਹੈਗਾ ਸੀਗਾ ਦੀਵਾਲੀ ਵਾਲੀ ਰਾਤ ਦਾ। ਜਿਸ ਦਿਨ ਦੀਵਾਲੀ ਸੀ ਉਸ ਦਿਨ ਅਨਫੋਰਚੁਨੇਟਲੀ ਜਿਹੜੀ ਆ ਰਸੋਈ ਦੇ ਵਿੱਚ ਥੋੜ੍ਹੀ ਜਿਹੀ ਅੱਗ ਲੱਗ ਗਈ ਸੀ, ਅਤੇ ਇੰਨਾ ਸ਼ੁਕਰ ਆ ਕਿ ਵੱਡਾ ਨੁਕਸਾਨ ਹੁਣ ਉਹ ਜਿਹੜਾ ਉਹ ਬਚਿਆ ਵਾ, ਵਾਹਿਗੁਰੂ ਨੇ ਮਿਹਰ ਰੱਖੀ ਆ, ਅਤੇ
ਹੁਣ ਤਾਂ ਚਲੋ ਥੋੜ੍ਹਾ ਸਾਫ਼ ਹੋ ਗਿਆ ਆ, ਮਤਲਬ ਥੋੜ੍ਹਾ ਕੀ ਆ, ਹੁਣ ਬਹੁਤ ਸਾਫ਼ ਕੀਤਾ ਆ, ਬਹੁਤ ਕੰਮ ਪਿਆ ਸਾਨੂੰ। ਪਹਿਲਾਂ ਵੀ ਸਾਰਾ ਘਰ ਸਾਫ਼ ਕੀਤਾ ਸੀ ਦੀਵਾਲੀ ਤੋਂ ਪਹਿਲਾਂ, ਉਹ ਵੀ ਮੈਂ ਵਲੌਗ ਪਾਇਆ ਸੀ ਦੀਵਾਲੀ ਦੀਆਂ ਸਫਾਈਆਂ ਵਾਲਾ, ਮਤਲਬ ਪੂਰੀ ਰੀਝ ਨਾਲ ਸਾਰਾ ਘਰ ਸਾਫ਼ ਕੀਤਾ ਸੀ, ਪਰ ਪਤਾ ਨਹੀਂ ਕੀ ਹੋ ਗਿਆ, ਕਿਸ ਦੀ ਨਜ਼ਰ ਲੱਗੀ ਕਹੂੰਗੀ ਮੈਂ ਕਿ ਪੂਰਾ ਹੀ ਘਰ ਜਿਹੜਾ ਉਹ ਕਾਲਾ ਹੋ ਗਿਆ, ਇੰਨਾ ਜ਼ਿਆਦਾ ਉਹ ਵੇਖ ਕੇ ਉਤਰਾ ਹੋਇਆ ਨਾ, ਉਤਰਾ ਕੁਛ ਰਿਹਾ ਹੀ ਨਹੀਂ ਸੀ, ਜਿੱਥੇ ਹੱਥ ਲਾਈਦਾ ਸੀਗਾ ਸਭ ਕੁਛ ਕਾਲਾ ਕਾਲਾ ਸੀ, ਸਾਰੇ ਕੱਪੜੇ ਮਤਲਬ ਲਗਾ ਲਓ ਕਿ ਜਿਹੜੇ ਰੂਮ ਵਿੱਚ ਹੁਣ ਮੈਂ ਭਾਂਡੇ ਰੱਖੇ ਆ ਧੋ ਕੇ, ਉੱਥੇ ਕੱਪੜੇ ਸਟੈਂਡ ਉੱਪਰ ਪਏ ਹੋਏ ਸੀ, ਜੋ ਕਰਟਨ ਵਗੈਰਾ, ਜੋ ਬੈਡ ਸ਼ੀਟਸ, ਮਤਲਬ ਜੋ ਵੀ ਬਾਹਰ ਸੀਗਾ ਨਾ, ਸਾਰਾ ਕੁਝ ਕਾਲਾ ਹੋ ਗਿਆ ਸੀ। ਤੇ ਉਸੇ ਹੀ ਰਾਤ ਸਵੇਰੇ ਇਸ ਵਕਤ, ਮਤਲਬ ਦੀਵਾਲੀ ਤੋਂ ਨੈਕਸਟ ਮਾਰਨਿੰਗ, ਅਰਲੀ ਮਾਰਨਿੰਗ ਅਸੀਂ ਬੈਂਗਲੋਰ ਵਾਸਤੇ ਨਿਕਲਣਾ ਸੀ, ਤੇ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਕਰੀਏ ਤੇ ਕੀ ਨਾ ਕਰੀਏ, ਤੇ ਮੈਂ ਨਵਾਬ ਦੇ ਪਾਪਾ ਨੂੰ ਕਹਿ ਰਹੀ ਸੀ ਕਿ ਤੁਸੀਂ ਜਾਓ, ਤੁਹਾਡਾ ਜਾਣਾ ਜ਼ਰੂਰੀ ਆ, ਤੇ ਸਾਨੂੰ ਜਿਹੜਾ ਘਰੇ ਰਹਿਣ ਦਿਓ। ਇਹ ਕਹਿੰਦੇ ਸੀ ਨਹੀਂ, ਕਿ ਇੰਨੇ ਗੰਦੇ ਘਰ ਦੇ ਵਿੱਚ ਨਾਲੇ ਸਫੋਕੇਸ਼ਨ ਹੋਈ ਪਈ ਆ ਹਰ ਪਾਸੇ, ਮੈਂ ਇਹ ਗੱਲਾਂ ਤੁਹਾਨੂੰ ਛੱਡ ਕੇ ਨਹੀਂ ਜਾਣਾ, ਮੇਰਾ ਵੀ ਤੁਹਾਡੇ ਵਿੱਚ ਧਿਆਨ ਰਹੂਗਾ, ਅਤੇ ਤੁਸੀਂ ਵੀ ਇਕੱਲੇ ਕੀ ਕਰੋਗੇ। ਇੱਕ ਗੱਲੋਂ ਸਾਡਾ ਉਹ ਡਿਸੀਜ਼ਨ ਥੋੜ੍ਹਾ ਸਹੀ ਸੀ ਕਿ ਅਸੀਂ ਚਲੇ ਗਏ, ਮਗਰੋਂ ਜਿਹੜਾ ਉਹ ਸਾਰਾ ਧੂੰਆਂ ਵਗੈਰਾ ਜਿਹੜਾ ਉਹ ਨਿਕਲ ਗਿਆ, ਅਤੇ ਕੀ ਕਹਿੰਦੇ ਆ, ਆਸਾਨੀ ਹੋ ਗਈ ਕਿਉਂਕਿ ਅਸੀਂ ਸਾਹਮਣੇ ਜਿਹੜਾ ਉਹ ਚਾਬੀ ਦੇ ਗਏ ਸੀ ਘਰ ਦੀ, ਅਤੇ ਉਹਨਾਂ ਨੇ ਕਟਰ ਵਗੈਰਾ ਪਰੇ ਕਰਕੇ ਬਾਰੀਆਂ ਵਗੈਰਾ ਖੋਲ੍ਹ ਛੱਡੀਆਂ, ਅਤੇ ਵਧੀਆ ਹਵਾ ਕ੍ਰੋਸ ਹੁੰਦੀ ਰਹੀ, ਅਤੇ ਸਾਰਾ ਜਿਹੜਾ ਵਾ ਉਹ ਇੱਕ ਜਿਹੜੀ ਬਦਬੂ ਜੀ ਸੀ ਉਹ ਸਾਰੀ ਜਿਹੜੀ ਉਹ ਨਿਕਲ ਗਈ ਸੀ। ਅਤੇ ਫਿਰ ਆ ਕੇ ਸਾਨੂੰ ਉਹ ਕੰਮ ਪਿਆ ਆ ਨਾ, ਪੁੱਛੋ ਕੁਝ ਨਾ, ਪੂਰਾ ਕਿਚਨ ਸਾਰੇ ਭਾਂਡੇ ਸਾਫ਼ ਕਰ ਕਰ, ਹੁਣ ਮੈਂ ਦੂਜੇ ਰੂਮ ਵਿੱਚ ਰੱਖੇ ਆ, ਹੁਣ ਜਿੰਨਾ ਚਿਰ ਤੱਕ ਕਲਰ ਨਹੀਂ ਹੁੰਦਾ ਦੁਬਾਰਾ ਕੁਝ ਵੀ ਸੈੱਟ ਨਹੀਂ ਹੋਣਾ, ਤਦ ਤੱਕ ਇਹਦੇ ਆਪਾਂ ਕੰਮ ਚਲਾ ਰਹੇ ਹਾਂ, ਕਦੀ ਇੱਧਰ ਚੀਜ਼ ਚੁੱਕਦੀ ਮੈਂ ਰਸੋਈ 'ਚ ਕਰਦੀ ਹਾਂ ਕੁਝ ਬਣਾਉਣ ਵਾਸਤੇ, ਕਦੀ ਕੁਝ ਕਦੀ ਕੁਝ, ਬਹੁਤ ਫੇਰੇ ਵੱਜਦੇ ਆ, ਪਰ ਚਲੋ ਕੋਈ ਨਹੀਂ, ਟਾਈਮ ਤਾਂ ਕੱਢਣਾ ਹੀ ਆ। ਔਰ ਇੱਕ ਹੋਰ ਵਧੀਆ ਗੱਲ ਇਹ ਹੋਈ ਕਿ ਸਾਡੀ ਟਾਈਲਿੰਗ ਹੋ ਗਈ ਹੈ ਸਾਰੀ, ਤੁਸੀਂ ਪੁਰਾਣੇ ਵਲੌਗਸ 'ਚ ਦੇਖਿਓ, ਫਰਸ਼ ਹੀ ਸੀਗਾ ਕਾਲਾ ਵਾਲਾ, ਅਤੇ ਪਿੱਛੋਂ ਜਿਹੜਾ ਆ ਉਹ ਹੋਈ ਤਾਂ ਇਹ ਵੀ ਬਾਏ ਮਿਸਟੇਕ ਹੀ ਆ, ਪਰ ਬਹੁਤ ਵਧੀਆ ਹੋ ਗਿਆ ਗੱਲ, ਅਤੇ ਥੋੜ੍ਹਾ ਸਾਫ਼ ਹੋ ਗਿਆ, ਉੱਦਾਂ ਵੀ ਚਲੋ ਸਾਫ਼ ਕਰਨਾ ਹੀ ਸੀ, ਅਤੇ ਹੁਣ ਇਹ ਹੋਣ ਦੇ ਨਾਲ ਇੱਕ ਤਾਂ ਪਲੱਸ ਪੁਆਇੰਟ ਆ, ਘਰ ਸੋਹਣਾ ਲੱਗਦਾ, ਪਰ ਦੂਜੇ ਪਾਸੇ ਵੀ ਆ ਕਿ ਇਹਦੀ ਵੀ ਬੜੀ ਸਫਾਈ ਕਰਨੀ ਪਈ, ਕਿਉਂਕਿ ਬਹੁਤ ਖਿਲਾਰਾ ਇਹਦਾ ਵੀ ਸੀ, ਜਦੋਂ ਉਹਨਾਂ ਨੇ ਟਾਇਲਸ ਵਗੈਰਾ ਆ ਕੇ ਕੱਟੀਆਂ ਵਾ ਜਾਂ ਫਿਰ ਲਾਈਆਂ ਵਾ, ਅਤੇ ਸਮਾਨ ਦਾ ਕੀ ਹਾਲ ਕੀਤਾ ਸੀ ਉਹ ਤੁਹਾਨੂੰ ਮੈਂ ਦਿਖਾਇਆ ਹੀ ਆ, ਹਿਸਾਬ ਲਾ ਲਓ ਕਿ ਜਿੱਦਾਂ ਕੀ ਕਹਿੰਦੇ ਆ, ਆਉਂਦਿਆਂ ਹੀ ਦੇਖ ਕੇ ਜਿਹੜੇ ਵਲੌਗਸ ਆ ਦੇਖ ਕੇ, ਕਈ ਲੋਕ ਇਹ ਸੋਚਦੇ ਹੋਣੇ ਆ ਜਿਹੜੇ ਵਲੌਗਸ ਦੇਖ ਕੇ, ਜਿੱਦਾਂ ਆਪਾਂ ਘੁੰਮਦੇ ਫਿਰਦੇ ਹਾਂ, ਇਹ ਤਾਂ ਮੌਜਾਂ ਹੀ ਕਰਦੇ ਰਹਿੰਦੇ ਆ, ਮੌਜਾਂ ਮੂਜਾਂ ਨਹੀਂ ਕਰਦੇ। ਹੁਣ ਮੈਂ ਵੈਸੇ ਵਲੌਗ ਨਹੀਂ ਬਣਾਇਆ, ਮੈਂ ਕਿਹਾ ਕੀ ਬਣਾਉਣਾ ਵਾ, ਅਤੇ ਜਿਸ ਤਰ੍ਹਾਂ ਸਾਰੀਆਂ ਸਾਫ਼ ਸਫਾਈ ਜਿਹੜੀਆਂ ਕੀਤੀਆਂ ਵਾ, ਅਤੇ ਇਸ ਕਰਕੇ ਅੱਜ ਹੀ ਵਲੌਗ ਜਿਹੜਾ ਸ਼ੁਰੂ ਕੀਤਾ, ਜਦੋਂ ਥੋੜ੍ਹਾ ਬਹੁਤਾ ਜਿਹੜਾ ਘਰ ਵਾ ਉਹ ਸੈੱਟ ਕਰ ਲਿਆ ਆ, ਅਤੇ ਜ਼ਿਆਦਾ ਜੇ ਕਰਨ ਵਾਲਾ ਰਹਿੰਦਾ ਆ, ਹੌਲੀ ਹੌਲੀ ਕਰਕੇ ਮੈਂ ਜਿਹੜੇ ਆ ਉਹ ਨਾਲ ਨਾਲ ਕੱਪੜੇ ਧੋ ਰਹੀ ਹਾਂ, ਅਤੇ ਸਭ ਕੁਝ ਹੌਲੀ ਹੌਲੀ ਕਰਕੇ ਧੋ ਰਹੀ ਹਾਂ, ਕਿਉਂਕਿ ਨੀਟ ਐਂਡ ਕਲੀਨ ਕਰਨ ਵਾਸਤੇ ਪੂਰਾ ਧੋਣਾ ਹੀ ਪੈਣਾ ਆ ਸਾਰਾ ਕੁਝ, ਅਤੇ ਲਾ ਲਓ ਕਿ 90% ਚੀਜ਼ਾਂ ਨੂੰ ਮੈਂ ਧੋ ਦਿੱਤੀਆਂ ਆ, 10% ਰਹਿ ਗਈਆਂ ਆ, ਅਤੇ ਉਹ ਵੀ ਹੌਲੀ ਹੌਲੀ ਜਿਹੜਾ ਸਾਰਾ ਕੁਝ ਹੋ ਜੂਗਾ, ਅਤੇ ਬਸ ਇਹ ਸੀ ਸਾਰੀ ਗੱਲਬਾਤ ਮੌਜਾਂ ਕਰਨ ਤੋਂ ਬਾਅਦ, ਹੁਣ ਕੰਮ 'ਤੇ ਲੱਗੇ ਹੋਏ ਆ ਜਿੱਦਣ ਦੇ ਵੀ ਆਏ ਹਾਂ, ਅਤੇ ਉੱਪਰੋਂ ਜਿਹੜਾ ਨਵਾਬ ਦੀ ਤਬੀਅਤ ਵੀ ਥੋੜ੍ਹੀ ਖਰਾਬ ਹੋ ਗਈ, ਥੋੜ੍ਹੀ ਵੀ ਬਹੁਤ ਜ਼ਿਆਦਾ ਵੀ ਫੀਵਰ ਹੋਇਆ ਸੀ, ਅਤੇ ਅੱਜ ਵੀ ਘਰ ਹੀ ਆ, ਮੈਂ ਸਕੂਲ ਨਹੀਂ ਭੇਜਿਆ, ਅਤੇ ਸੁੱਤਾ ਪਿਆ ਆ, ਅਤੇ ਮੈਂ ਕਿਹਾ ਕੋਈ ਨਹੀਂ ਰੈਸਟ ਕਰਨ ਦਿੰਦੀ ਹਾਂ ਇਹਨੂੰ, ਦਵਾਈ ਖਾ ਕੇ ਸੁੱਤਾ ਹੁੰਦਾ ਆ, ਅਤੇ ਠਹਿਰ ਕੇ ਉਠਾ ਕੇ ਅਤੇ ਕੁਝ ਖਵਾ ਕੇ ਅਤੇ ਫਿਰ ਦਵਾਈ ਦਊਂਗੀ, ਚੰਗੀ ਤਰ੍ਹਾਂ ਰੈਸਟ ਹੋ ਜੂਗੀ,
ਤੇ ਫਿਰ ਜਿਹੜਾ ਉਹ ਬੱਚਾ ਜਿਹੜਾ ਵਧੀਆ ਸੈੱਟ ਹੋ ਜਾਂਦਾ ਹੈ ਅਤੇ ਸਕੂਲ ਵੀ ਜਾਣਾ ਆ ਅਤੇ ਇਗਜ਼ਾਮ ਵੀ ਆ, ਇਹਦੇ ਜਿਹੜੇ ਛੋਟੇ ਟੈਸਟ ਆ ਉਹ ਹੋ ਰਹੇ ਆ ਅਤੇ FA1 ਜਿਹੜੇ ਸੋਰੀ FA2 ਜਿਹੜੇ ਆ ਉਹ ਸਟਾਰਟ ਹੋ ਰਹੇ ਆ ਅਤੇ ਫਿਰ ਇਸ ਕਰਕੇ ਬੱਚਾ ਤੰਦਰੁਸਤ ਹੋਵੇ, ਹੱਸਦਾ ਖੇਡਦਾ ਹੋਵੇ ਤਾਂ ਹੀ ਸਟੱਡੀ ਵਿੱਚ ਵੀ ਆਪਣਾ ਧਿਆਨ ਲਾ ਪਾਉਂਦਾ ਆ। ਬਸ ਇਸ ਸਾਰੀ ਅਪਡੇਟ ਤੋਂ ਲਈ ਤੁਹਾਨੂੰ ਥੋੜ੍ਹਾ ਜਿਹਾ ਅਪਡੇਟ ਕਰ ਦਿੰਦੀ ਹਾਂ ਕਿ ਕੀ ਹੋ ਰਿਹਾ ਆ ਸਾਡੀ ਲਾਈਫ ਦੇ ਵਿੱਚ, ਕਿਉਂਕਿ ਜੇ ਆਪਾਂ ਹੈਪੀ ਹੈਪੀ ਮੂਮੈਂਟ ਸ਼ੇਅਰ ਕਰਦੇ ਹਾਂ ਤਾਂ ਥੋੜ੍ਹੇ ਥੋੜ੍ਹੇ ਜਿਹੜੇ ਆ ਉਹ ਉਤਾਰ ਚੜ੍ਹਾਅ ਵਾਲੇ ਮੂਮੈਂਟ ਵੀ ਸ਼ੇਅਰ ਜਿਹੜੇ ਉਹ ਕਰਨੇ ਚਾਹੀਦੇ ਆ, ਕਿਉਂਕਿ ਦਿਸ ਇਜ਼ ਲਾਈਫ ਐਂਡ ਲਾਈਫ ਇਜ਼ ਨੋਟ ਈਜ਼ੀ ਫੋਰ ਐਨੀ ਵਨ। ਰੋਲਰ ਕੋਸਟਰ ਜਿਹੜੇ ਆ ਉਹ ਚੱਲਦੇ ਰਹਿੰਦੇ ਆ। ਚਲੋ ਫਟਾਫਟ ਮੈਂ ਬ੍ਰੇਕਫਾਸਟ ਕਰ ਲਾਂ ਕਿਉਂਕਿ ਠੰਡਾ ਹੋ ਗਿਆ, ਵੈਸੇ ਵੀ ਮੈਂ ਠੰਡਾ ਹੀ ਖਾਣੀ ਪੀਣੀ ਆ, ਮਤਲਬ ਚਾਹ ਵੀ ਮੈਂ ਠੰਡੀ ਕਰਕੇ ਪੀਣੀ ਆ, ਸਾਰੇ ਪੀ ਲੈਂਦੇ ਨੇ, ਮੇਰੀ ਪਈ ਹੁੰਦੀ ਆ ਅਤੇ ਮੈਂ ਲਾਸਟ 'ਤੇ ਪੀਣੀ ਹੁੰਦੀ ਆ ਫਟਾਫਟ। ਨਵਾਬ ਵੀ ਜਿਹੜਾ ਉੱਠ ਗਿਆ ਸੀ ਅਤੇ ਆ ਕੇ ਮੇਰੇ ਕੋਲ ਬੈਠ ਗਿਆ, ਕਹਿੰਦਾ ਤੁਸੀਂ ਪਹਿਲਾਂ ਬ੍ਰੇਕਫਾਸਟ ਕਰ ਲਿਆ ਮੇਰੇ ਤੋਂ, ਅਤੇ ਮੈਂ ਕਿਹਾ ਮੈਂ ਤੈਨੂੰ ਤਾਂ ਨਹੀਂ ਜਗਾਇਆ ਕਿਉਂਕਿ ਮੈਂ ਸੋਚਿਆ ਕਿ ਤੂੰ ਰੈਸਟ ਕਰ ਲਾ ਕਿਉਂਕਿ ਰੈਸਟ ਕਰਨ ਵਾਸਤੇ ਤੈਨੂੰ ਘਰ ਰੱਖਿਆ ਆ। ਫਿਰ ਕਹਿੰਦਾ ਮੈਂ ਚੌਕੋਸ ਖਾਣੇ ਆ ਅਤੇ ਮੈਂ ਇਸਨੂੰ ਦੁੱਧ ਵਿੱਚ ਚੌਕੋਸ ਪਾ ਦਿੱਤੇ। ਇਹ ਵਾਲਾ ਫਰਾਈ ਪੈਨ ਉਹੀ ਆ ਛੋਟਾ ਜਿਹਾ ਜਿਹੜਾ ਮੈਂ ਦੀਵਾਲੀ 'ਤੇ ਲਿਆਈ ਸੀ, ਬਹੁਤ ਵਧੀਆ ਆ ਇਹ, ਮਤਲਬ ਜਿਸ ਤਰ੍ਹਾਂ ਇੱਕ ਜਾਣੇ ਵਾਸਤੇ ਚੀਜ਼ ਬਣਾਉਣੀ ਹੋਵੇ ਤਾਂ ਵਧੀਆ ਰਹਿੰਦਾ ਆ ਇਹਦੇ ਵਿੱਚ। ਭਾਂਡੇ ਰੱਖਣ ਵਾਲਾ ਟੋਕਰਾ ਕਹਿ ਲਓ, ਇਹਨੂੰ ਰੈਕ ਕਹਿ ਲਓ, ਸਟੈਂਡ ਕਹਿ ਲਓ, ਕੁਝ ਵੀ ਕਹਿ ਲਓ, ਅਤੇ ਇਹ ਮੈਂ ਇਸ ਕਰਕੇ ਤੁਹਾਨੂੰ ਦਿਖਾ ਰਹੀ ਹਾਂ ਕਿਉਂਕਿ ਜੇ ਮਤਲਬ ਤੁਹਾਡਾ ਵੀ ਕਿਚਨ ਛੋਟਾ ਆ, ਜਗ੍ਹਾ ਘੱਟ ਆ ਅਤੇ ਬਹੁਤ ਕੰਪੈਟੇਬਲ ਆ, ਉਹਦੇ ਵਾਸਤੇ ਇਹਦੇ ਵਿੱਚ ਵੱਖ ਵੱਖ ਸੈਕਸ਼ਨਸ ਬਣੇ ਹੋਏ ਨੇ, ਅਤੇ ਜਿਵੇਂ ਸਪੂਨ ਰੱਖਣ ਵਾਸਤੇ ਜਾਂ ਫਿਰ ਪਲੇਟਾਂ ਰੱਖਣ ਵਾਸਤੇ ਬਹੁਤ ਵਧੀਆ ਭਾਂਡੇ ਸੁੱਕ ਜਾਂਦੇ ਆ। ਦੇਖਣ ਨੂੰ ਛੋਟੀ ਜਿਹੀ ਆ ਪਰ ਕਾਫੀ ਭਾਂਡੇ ਇਹਦੇ ਵਿੱਚ ਆ ਜਾਂਦੇ ਆ, ਜਿਵੇਂ ਹੁਣ ਮੈਂ ਪਲੇਟਾਂ ਧੋ ਕੇ ਰੱਖਣ ਲੱਗੀ ਹਾਂ ਅਤੇ ਸੈਕਸ਼ਨਸ ਵਿੱਚ ਡਿਵਾਈਡ ਕੀਤੀ ਆ, ਅਤੇ ਇਹਨੂੰ ਵੀ ਸਾਬਣ ਨਾਲ ਜਿਹੜੇ ਭਾਂਡੇ ਮਾਂਜਣ ਵਾਲੇ ਸਾਬਣ ਨਾਲ ਹੀ ਸਾਫ਼ ਕਰੀਏ ਅਤੇ ਫਿਰ ਜਿਹੜੀ ਇੱਕਦਮ ਨਵੀਂ ਨਿਕਲ ਆਉਂਦੀ ਆ, ਅਤੇ ਬਹੁਤ ਬੈਨੀਫਿਸ਼ੀਅਲ ਨਿਕਲੀ ਇਹ। ਮੈਂ ਐਮਾਜ਼ੋਨ ਤੋਂ ਮੰਗਵਾਈ ਸੀ ਅਤੇ ਸਸਤੀ ਵੀ ਆ, ਅਤੇ ਇਸ ਕਰਕੇ ਸ਼ੇਅਰ ਕਰਦੀ ਪਈ ਹਾਂ ਕਿ ਥੋੜ੍ਹੀ ਬਹੁਤ ਇਨਫੋਰਮੇਸ਼ਨ ਵੀ ਸ਼ੇਅਰ ਕਰਨੀ ਚਾਹੀਦੀ ਹੈ ਜੇ ਕੋਈ ਚੀਜ਼ ਜਿਹੜੀ ਫਾਇਦੇ ਵਾਲੀ ਆ ਅਤੇ ਉਹ ਦੱਸਣੀ ਚਾਹੀਦੀ ਆ, ਅਤੇ ਛੋਟੇ ਕਿਚਨ ਵਾਸਤੇ ਬਹੁਤ ਵਧੀਆ ਆ ਇਹ, ਜਾਂ ਫਿਰ ਜੇ ਸਪੇਸ ਘੱਟ ਆ ਤਾਂ ਬਹੁਤ ਵਧੀਆ ਆਪਸ਼ਨ ਆ ਇਹ। ਬਸ ਸਾਰੇ ਕੰਮ ਕਰਕੇ ਅਤੇ ਮੈਂ ਹੋ ਚੁੱਕੀ ਹਾਂ ਫ੍ਰੀ, ਹੁਣੇ ਕੱਪੜੇ ਹੇਠਾਂ ਪਾ ਕੇ ਆਈ ਹਾਂ ਸੁੱਕਣੇ, ਅਤੇ ਕੱਪੜੇ ਧੋਣ ਦਾ ਤਾਂ ਇੱਥੇ ਉਨਾ ਨਹੀਂ ਹੁੰਦਾ ਜਿੰਨਾ ਕਿ ਸੁੱਕਣੇ ਪਾਉਣ ਦਾ ਹੁੰਦਾ ਹੈ, ਕਿਉਂਕਿ ਇੱਕ ਸਾਈਡ 'ਤੇ ਧੋ ਪਾਉਂਦੀ ਹੈ ਅਤੇ ਸਭ ਨੇ ਕੱਪੜੇ ਸੁੱਕਣੇ ਪਾਉਣੇ ਹੁੰਦੇ ਆ, ਅਤੇ ਇੱਕ ਜਿਵੇਂ ਕੰਪੀਟੀਸ਼ਨ ਹੀ ਲੱਗਾ ਹੁੰਦਾ ਪਹਿਲਾਂ ਮੈਂ ਪਾਵਾਂ ਪਹਿਲਾਂ ਮੈਂ ਪਾਵਾਂ, ਕਿਉਂਕਿ ਬਾਅਦ ਵਿੱਚ ਤਾਰਾਂ ਬਿਜ਼ੀ ਹੋ ਜਾਣਗੀਆਂ, ਸਾਰੀਆਂ ਓਕਿਊਪਾਈਡ ਹੋ ਜਾਣਗੀਆਂ, ਇਸ ਕਰਕੇ ਸਭ ਨੂੰ ਹੁੰਦਾ ਕਿ ਪਹਿਲਾਂ ਮੈਂ ਪਾਵਾਂ ਕੱਪੜੇ ਸੁੱਕਣੇ, ਪਹਿਲਾਂ ਮੈਂ ਪਾਵਾਂ। ਅਤੇ ਇੱਥੇ ਅਸੀਂ ਮਸ਼ੀਨ ਵੀ ਨਹੀਂ ਰੱਖੀ ਹੋਈ, ਵਾਸ਼ਿੰਗ ਮਸ਼ੀਨ, ਹੱਥ ਨਹੀਂ ਧੋਂਦੇ ਹਾਂ, ਨਹੀਂ ਤਾਂ ਡਰੇਨ ਕੀਤੇ ਹੋਣ ਅਤੇ ਸੋਰੀ ਸਪਿਨ ਕੀਤੇ ਹੋਣ ਅਤੇ ਥੋੜ੍ਹਾ ਜਿਹੜਾ ਆ ਉਹ ਫਰਕ ਪੈ ਜਾਂਦਾ ਆ, ਥੋੜ੍ਹਾ ਉਹਨਾਂ ਦਾ ਪਾਣੀ ਵਗੈਰਾ ਨਿਕਲ ਜਾਂਦਾ ਆ, ਪਰ ਅਤੇ ਕੱਪੜੇ ਹੁਣ ਹੈਗੇ ਵੀ ਥੋੜ੍ਹੇ ਜਿਹੇ ਮੋਟੇ ਆ, ਅਤੇ ਇਸ ਕਰਕੇ ਵੈਸੇ ਤਾਂ ਮੈਂ ਸਾਰਾ ਕੰਮ ਕਰਨ ਤੋਂ ਪਹਿਲਾਂ ਹੁਣ ਪਹਿਲਾਂ ਕੱਪੜੇ ਹੀ ਧੋਂਦੀ ਹੁੰਦੀ ਹਾਂ ਕਿ
ਚਲੋ ਸ਼ਾਮ ਤੱਕ ਸੁੱਕ ਜਾਣ, ਪਰ ਅੱਜ ਜਿਹੜਾ ਉਹ ਪਹਿਲਾਂ ਮੈਂ ਸਾਰਾ ਕੰਮ ਕੀਤਾ, ਬਾਅਦ ਵਿੱਚ ਕੱਪੜੇ ਧੋਤੇ, ਕਿਉਂਕਿ ਮਸਾਂ ਹੀ ਕਿਤੇ ਸਾਰੇ ਦੂਜੇ ਕੱਪੜੇ ਜਿਹੜੇ ਆ ਉਹ ਧੋ ਚੁੱਕੀ ਹਾਂ ਮੈਂ ਤੇ ਬਸ। ਹੈਲੋ ਐਵਰੀਵਨ, ਬੋਲੋ ਹੁਣ ਅੱਗੇ। ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਸਕੂਲ ਦਾ ਕੰਮ ਕਰਦੇ ਆ, ਰੀਜ਼ਨ ਸਵੇਰ ਪੇਪਰ ਵਾ ਮੇਰੇ ਸ਼ੁੱਕਰਵਾਰ। ਸੋ ਬਸ ਕੀ ਕਹਿ ਰਹੀ ਸੀ ਮੈਂ, ਹਾਂ ਜਿਹੜੇ ਜਮ੍ਹਾਂ ਹੋਏ ਕੱਪੜੇ ਉਹ ਸਾਰੇ ਖਤਮ ਹੋ ਚੁੱਕੇ ਆ, ਮਤਲਬ ਸਾਰੇ ਮੈਂ ਵਾਸ਼ ਕਰ ਦਿੱਤੇ ਆ, ਅਤੇ ਹੁਣ ਬਸ ਡੇਲੀ ਵੀਅਰ ਹੀ ਸੀ, ਇਸ ਕਰਕੇ ਅੱਜ ਮੈਂ ਹੁਣ ਬਾਅਦ ਵਿੱਚ ਧੋਤੇ ਆ। ਅਤੇ ਔਰ ਅੱਜ ਜ਼ਿਆਦਾ ਲੋਕਾਂ ਨੇ ਧੋਤੇ ਵੀ ਨਹੀਂ ਆ ਕੱਪੜੇ, ਕਿਉਂਕਿ ਜਿਨ੍ਹਾਂ ਕੋਲ ਵਾਸ਼ਿੰਗ ਮਸ਼ੀਨ ਹੁੰਦੀ ਆ ਪਤਾ ਨਹੀਂ ਕਿਉਂ ਉਹ ਦਿਨ ਦਿਨ 'ਤੇ ਜਮ੍ਹਾਂ ਕਰਕੇ ਕੱਪੜੇ ਧੋਂਦੇ ਆ, ਪਰ ਸਾਡੇ ਕੋਲ ਭਾਵੇਂ ਵਾਸ਼ਿੰਗ ਮਸ਼ੀਨ ਵੀ ਹੋਵੇ ਤਾਂ ਵੀ ਆਪਾਂ ਡੇਲੀ ਵਾਸ਼ ਕਰਦੇ ਹਾਂ, ਅਤੇ ਭਾਵੇਂ ਨਹੀਂ ਵੀ ਹੈਗੀ ਤਾਂ ਵੀ ਆਪਾਂ ਡੇਲੀ ਹੀ ਵਾਸ਼ ਕਰਦੇ ਹਾਂ, ਆਪਣੀ ਆਪਣੀ ਆਦਤ ਹੁੰਦੀ ਆ। ਅਤੇ ਬਸ ਅਤੇ ਨਵਾਬ ਨੂੰ ਮੈਂ ਕਿਹਾ ਕਿ ਚੱਲ ਤੂੰ ਅੱਜ ਘਰ ਆ ਅਤੇ ਥੋੜ੍ਹਾ ਜਿਹਾ ਰਿਵੀਜ਼ਨ ਕਰ ਲਾ ਆਪਣੀ, ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਟੈਸਟ ਆ ਰਹੇ ਨੇ, ਅਤੇ ਥੋੜ੍ਹਾ ਬਹੁਤਾ ਨਾਲੇ ਬਿਜ਼ੀ ਵੀ ਰਹਿੰਦਾ, ਨਹੀਂ ਤਾਂ ਫਿਰ ਇਹਦਾ ਧਿਆਨ ਕੀਤਾ, ਮੈਨੂੰ ਟੀ ਵੀ ਲਾ ਦਿਉ, ਮੈਂ ਕਾਰਟੂਨ ਦੇਖ ਲਾ, ਜਾਂ ਮੈਨੂੰ ਫੋਨ ਦੇ ਦਿਉ, ਮੈਂ ਵੀਡੀਓ ਦੇਖ ਲਾ, ਇੱਧਰ ਰਹਿੰਦਾ ਆ, ਅਤੇ ਹੁਣ ਜਿਹੜਾ ਆਰਾਮ ਨਾਲ ਲੱਗਾ ਹੋਇਆ ਆਪਣਾ ਕੰਮ ਕਰਨ। ਸਬਜ਼ੀ ਮੇਰੀ ਬਣੀ ਹੋਈ ਆ, ਆਟਾ ਮੇਰਾ ਗੁੱਝਾ ਹੋਇਆ ਆ, ਜਦੋਂ ਇਹ ਪਾਪਾ ਆਉਣਗੇ ਬਸ ਫੁਲਕੇ ਹੀ ਬਣਾਉਣੇ ਆ, ਅਤੇ ਇਹ ਸੋਚ ਰਹੀ ਹਾਂ ਕਿ ਰਾਤ ਨੂੰ ਕੀ ਬਣਾਉਣਾ ਆ, ਜਿਹੜਾ ਸਭ ਤੋਂ ਵੱਡੀ ਟੈਨਸ਼ਨ ਹੁੰਦੀ ਕਿ ਕੀ ਬਣਾਈਏ ਕੀ ਬਣਾਈਏ। ਅਤੇ ਵੈਸੇ ਸੋਚ ਰਹੀ ਹਾਂ ਕਿ ਮਤਲਬ ਕੁਝ ਗੋਭੀ ਬਣਾਵਾਂ ਜਾਂ ਗਾਜਰਾਂ ਬਣਾਵਾਂ ਇੱਦਾਂ ਦਾ, ਅਤੇ ਨਾਲ ਮੱਕੀ ਦੀ ਰੋਟੀ ਬਣਾਵਾਂ, ਕਿਉਂਕਿ ਮੈਂ ਦੇਖਿਆ ਸੀ ਕਿ ਦੁਕਾਨ 'ਤੇ ਜਿਹੜਾ ਵਾ ਮੱਕੀ ਦਾ ਆਟਾ ਆਇਆ ਹੋਇਆ ਆ, ਪਰ ਲੈਣ ਲੱਗੀ ਸੀ ਅਤੇ ਕਹਿੰਦਾ ਬਹੁਤ ਥੋੜ੍ਹਾ ਜਿਹਾ ਰਹਿ ਗਿਆ, ਮੈਂ ਹੋਰ ਆ ਲੈਣ ਦਿਉ ਫਿਰ ਲੈ ਲਿਓ, ਅਤੇ ਫਿਰ ਮੈਂ ਉਹਨੂੰ ਕਿਹਾ ਕਿ ਚੱਲ ਬਾਅਦ ਵਿੱਚ ਲੈ ਲਵਾਂਗੀ, ਅਤੇ ਹੁਣ ਨਾਲੇ ਕੋਈ ਸਬਜ਼ੀ ਵੇਖ ਕੇ ਲਿਆਵਾਂਗੀ, ਅਤੇ ਨਾਲੇ ਮੱਕੀ ਦਾ ਆਟਾ ਲੈ ਕੇ ਆਵਾਂਗੀ। ਅਤੇ ਬਹੁਤ ਤੈਨੂੰ ਪਸੰਦ ਆ ਮੱਕੀ ਦੀ ਰੋਟੀ? ਕਣਕ ਦੀ ਆਟੇ ਦੀ ਰੋਟੀ ਖਾਣੀ ਆ, ਮੱਕੀ ਦੀ ਵੀ ਇਹ ਬੜੇ ਵਧੀਆ ਤਰੀਕੇ ਨਾਲ ਖਾ ਲੈਂਦਾ ਆ। ਸੋ ਦੇਖਦੇ ਹਾਂ, ਸੋਚਦੇ ਹਾਂ ਕੀ ਬਣਾਉਣਾ ਆ। ਤੇ ਅੱਜ ਬਹੁਤ ਦਿਨ ਹੋ ਗਿਆ ਮੈਂ ਕੁਕਿੰਗ ਵਾਲਾ ਕੋਈ ਵਲੌਗ ਨਹੀਂ ਪਾਇਆ ਹੋਇਆ, ਤੇ ਇਹ ਵਾਲਾ ਵਲੌਗ ਕੁਕਿੰਗ ਵਾਲਾ ਵੀ ਹੋਊਗਾ, ਜੋ ਵੀ ਮੈਂ ਬਣਾਉਣ ਵਿੱਚ ਸ਼ੁਰੂ ਵੀ ਕਰ ਲੂੰਗੀ। ਸੋ ਸਟੇ ਟਿਊਨਡ ਐਂਡ ਵਾਚ ਦਾ ਵੀਡੀਓ ਜਿਹੜਾ ਵਾ ਐਂਡ ਤੱਕ ਦੇਖਿਓ, ਅਤੇ ਵਾਚ ਦਾ ਵੀਡੀਓ ਵਿੱਚ ਇੰਗਲਿਸ਼ ਵਿੱਚ ਪੰਜਾਬੀ, ਮਤਲਬ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਅਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਅਤੇ ਕਮੈਂਟ ਜ਼ਰੂਰ ਕਰਿਆ ਕਰੋ। ਉਹਦੇ ਨਾਲ ਕੀ ਹੁੰਦਾ ਆ ਕਿ ਥੋੜ੍ਹਾ ਇੰਟਰੈਕਸ਼ਨ ਦਾ ਪਤਾ ਚੱਲਦਾ ਆ ਕਿ ਆਪਾਂ ਜਿਹੜਾ ਉਹ ਇੰਟਰੈਕਟ ਕਰ ਰਹੇ ਹਾਂ, ਅਤੇ ਜਿਹੜਾ ਆ ਉਹ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਿਓ। ਲੰਚ ਵਿੱਚ ਨਵਾਬ ਕਹਿੰਦਾ ਕਿ ਮੈਂ ਅਤੇ ਮੰਮਾ ਆਲੂ ਵਾਲੀ ਹੀ ਰੋਟੀ ਖਾਣੀ ਆ, ਅਤੇ ਮੈਨੂੰ ਪਤਾ ਸੀ ਇਸੇ ਕਰਕੇ ਪਹਿਲਾਂ ਮੈਂ ਜਦੋਂ ਆਲੂ ਉਬਾਲੇ ਸਬਜ਼ੀ ਬਣਾਉਣ ਵਾਸਤੇ ਦੇ ਵਿੱਚੋਂ ਆਲੂ ਕੱਢ ਕੇ ਰੱਖ ਲਿਆ ਸੀ। ਸਬਜ਼ੀ ਭਾਵੇਂ ਆਲੂ ਦੀ ਬਣੀ ਹੋਈ ਆ, ਪਰ ਫਿਰ ਵੀ ਇਹ ਆਲੂ ਵਾਲੀ ਰੋਟੀ ਜਿਹੜੀ ਉਹ ਜ਼ਿਆਦਾ ਖੁਸ਼ ਹੋ ਕੇ ਖਾਂਦਾ ਆ, ਅਤੇ ਫਿਰ ਉਹੀ ਚੀਜ਼ ਬਣਾ ਕੇ ਦੇ ਦਈਏ ਜਿਹ 'ਚ ਬੱਚੇ ਖੁਸ਼ ਆ, ਅਤੇ ਫਿਰ ਵਧੀਆ ਤਰੀਕੇ ਨਾਲ ਖਾ ਲੈਂਦੇ ਆ ਉਹ। ਅਤੇ ਨਵਾਬ ਨੂੰ ਰੋਟੀ ਬਣਾ ਕੇ ਦੇ ਕੇ ਅਤੇ ਮੈਂ ਬਾਕੀ ਫੁਲਕੇ ਵੀ ਬਣਾ ਲਏ, ਅਤੇ ਬਾਕੀ ਦੀ ਜਿਹੜੀ ਲੰਚ ਪ੍ਰੈਪਰੇਸ਼ਨ ਆ ਉਹ ਵੀ ਕਰ ਲਈ। ਸਬਜ਼ੀ ਤਾਂ ਮੈਂ ਬਣਾਉਣੀ ਸੀ ਆਲੂ ਵੜੀਆਂ ਦੀ, ਪਰ ਮੈਨੂੰ ਇਕੱਲੇ ਆਲੂਆਂ ਦੀ ਬਣਾਉਣੀ ਪਈ, ਕਿਉਂਕਿ ਇੱਥੇ ਵੜੀਆਂ ਨਹੀਂ ਮਿਲਦੀਆਂ, ਇੱਥੇ ਜੀ ਸਿਰਫ ਨਿਊਟਰੀ ਜਿਹੜੀ ਹੁੰਦੀ ਆ ਉਹ ਹੀ ਮਿਲਦੀ ਆ, ਅਤੇ ਵੱਡੀਆਂ ਵੜੀਆਂ ਨਹੀਂ ਮਿਲਦੀਆਂ। ਅਤੇ ਨਵਾਬ ਦੇ ਪਾਪਾ ਪਿੰਡ ਗਏ ਸੀ ਅਤੇ ਉੱਥੋਂ ਮੰਗਵਾਈਆਂ ਸੀ ਮੈਂ ਵੜੀਆਂ, ਪਰ ਸ਼ਾਇਦ ਗਰਮਾਂ ਦੇ ਵਿੱਚ ਹੀ ਨਹੀਂ ਸੀ। ਜਿਹੜੇ ਸਾਡੇ ਟਾਈਲਾਂ ਲਾਉਣ ਆਏ ਸੀ ਉਹਨਾਂ ਨੇ ਖਿੜਕੀ ਖੁੱਲ੍ਹੀ ਰਹਿਣ ਦਿੱਤੀ, ਅਤੇ ਬਾਂਦਰ ਅੰਦਰ ਆ ਗਏ, ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਫੜੇ ਹੀ ਜਿਹੜੇ ਲਿਫਾਫੇ ਵੜੀਆਂ ਵਾਲੇ, ਅਤੇ ਲੈ ਗਏ ਨਾਲ ਹੀ,
ਅਤੇ ਇੱਕ ਅੱਧਾ ਪੈਕਟ ਜਿਹੜਾ ਬਚਿਆ ਹੋਇਆ ਸੀ ਕਿਚਨ 'ਚ ਪਿਆ ਹੋਇਆ ਸੀ, ਹੇਠਾਂ ਡਿੱਗਾ ਹੋਇਆ ਸੀ ਜਦੋਂ ਅਸੀਂ ਆ ਕੇ ਵੇਖਿਆ, ਪਰ ਮੈਂ ਉਹਨੂੰ ਯੂਜ਼ ਨਹੀਂ ਕੀਤਾ ਕਿਉਂਕਿ ਜਿੱਥੇ ਦੂਜੇ ਪੈਕਟਾਂ ਨੂੰ ਹੱਥ ਲੱਗਾ ਵਾ ਤਾਂ ਇਹਨੂੰ ਵੀ ਜ਼ਰੂਰ ਲੱਗਾ ਹੋਏਗਾ। ਫਿਰ ਮੈਂ ਉਹਨੂੰ ਸੁੱਟ ਹੀ ਦਿੱਤਾ ਕਿਉਂਕਿ ਸਿਹਤ ਸਭ ਤੋਂ ਪਹਿਲਾਂ ਆ, ਅਤੇ ਜਿਹੜੀ ਚੀਜ਼ ਖਰੀਦੀ ਜਾ ਸਕਦੀ ਹੈ ਦੁਬਾਰਾ ਉਸ ਦੇ ਵਿੱਚ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਅੱਜ ਮੈਂ ਤੁਹਾਡੇ ਨਾਲ ਗੋਭੀ ਦੀ ਸਬਜ਼ੀ ਦੀ ਰੈਸਿਪੀ ਸ਼ੇਅਰ ਕਰੂੰਗੀ, ਜੋ ਮੇਰਾ ਤਰੀਕਾ ਹੈ ਉਹ ਵਾਲਾ। ਭਾਵੇਂ ਆਪਾਂ ਸਿਆਲ ਵਿੱਚ ਵੀ ਗੋਭੀ ਬਣਾਈਏ, ਕਦੀ ਵੀ ਨਹੀਂ ਘੁਲੂਗੀ। ਜਿਹੜੇ ਫੁੱਲ ਟੁੱਟ ਜਾਂਦੇ ਆ ਉਹ ਵੀ ਨਹੀਂ ਟੁੱਟਣਗੇ। ਅਤੇ ਨਾਲ ਹੀ ਮੈਂ ਪਾਣੀ ਜਿਹੜਾ ਉਹ ਗਰਮ ਕਰਨ ਰੱਖ ਦਿੱਤਾ ਹੈ। ਕਿਉਂ? ਕਿਉਂਕਿ ਬੜੇ ਛੋਟੇ ਛੋਟੇ ਸੁੰਡੇ ਹੁੰਦੇ ਆ, ਕੀੜੇ ਹੁੰਦੇ ਆ ਗੋਭੀ ਦੇ ਵਿੱਚ ਜਿਹੜੇ ਦਿਖਾਈ ਨਹੀਂ ਦਿੰਦੇ, ਅਤੇ ਆਪਾਂ ਇਹਨੂੰ ਗਰਮ ਪਾਣੀ ਨਾਲ ਹੀ ਧੋਵਾਂਗੇ। ਅਤੇ ਮੋਟੀ ਮੋਟੀ ਕੱਟਣੀ ਆ ਗੋਭੀ। ਫਿਰ ਮੈਂ ਇਹੀ ਕਹਾਂਗੀ ਕਿ ਇਹ ਮੇਰਾ ਤਰੀਕਾ ਆ, ਬਾਕੀ ਜੇ ਤੁਸੀਂ ਆਪਣੇ ਤਰੀਕੇ ਨਾਲ ਕੰਫਰਟੇਬਲ ਹੋ ਤਾਂ ਉੱਦਾਂ ਹੀ ਬਣਾਓ। ਮੈਂ ਸਿਰਫ ਆਪਣਾ ਤਰੀਕਾ ਸ਼ੋਅ ਕਰਦੀ ਪਈ ਹਾਂ ਕਿ ਮੈਂ ਕਿੱਦਾਂ ਬਣਾਉਣੀ ਆ। ਮੋਟੀ ਮੋਟਾ ਕੱਟ ਲੈਣਾ ਹੈ ਗੋਭੀ ਨੂੰ, ਅਤੇ ਗੋਭੀ ਦੇ ਫੁੱਲ ਤਾਂ ਵਿੱਚ ਜਿਹੜੇ ਉਹ ਛੋਟੇ ਛੋਟੇ ਹੁੰਦੇ ਆ, ਵੇਸਟ ਜਿਹੜਾ ਵਾ ਉਹ ਜ਼ਿਆਦਾ ਨਿਕਲਦਾ ਹੈ ਸਬਜ਼ੀ ਨਾਲੋਂ। ਸਬਜ਼ੀ ਜਿਹੜੀ ਆ ਉਹ ਯੂਜ਼ਫੁੱਲ ਅਤੇ ਘੱਟ ਹੀ ਹੁੰਦੀ ਹੈ ਵਿੱਚ। ਬਹੁਤ ਹੀ ਸੌਖਾ ਤਰੀਕਾ ਆ। ਗਰਮ ਤੇਲ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਪਾ ਦਿੱਤਾ ਵਾ ਜੀਰਾ, ਫਿਰ ਸਾਰਾ ਕੁਝ ਮੋਟਾ ਮੋਟਾ ਕੱਟ ਕੇ ਪਿਆਜ਼, ਅਦਰਕ, ਲਸਣ ਅਤੇ ਹਰੀ ਮਿਰਚ, ਅਤੇ ਇਹਨੂੰ ਥੋੜ੍ਹਾ ਜਿਹਾ ਪਕਾਉਣਾ ਆ ਆਪਾਂ। ਅਤੇ ਉਸ ਤੋਂ ਬਾਅਦ ਇਹਦੇ ਵਿੱਚ ਸਾਰੇ ਮਸਾਲੇ ਐਡ ਕਰ ਦੇਣੇ ਨੇ, ਲੂਣ ਮਸਾਲਾ, ਹਲਦੀ, ਥੋੜ੍ਹੀ ਜਿਹੀ ਲਾਲ ਮਿਰਚ, ਅਤੇ ਉਸ ਤੋਂ ਬਾਅਦ ਜਿਹੜੀ ਗਰਮ ਪਾਣੀ ਨਾਲ ਧੋਤੀ ਹੋਈ ਆਪਾਂ ਗੋਭੀ ਅਤੇ ਆਲੂ ਆ ਉਹਨਾਂ ਨੂੰ ਇਹਦੇ ਵਿੱਚ ਪਾ ਦਾਂਗੇ ਅਤੇ ਹਿਲਾ ਦਾਂਗੇ। ਅਤੇ ਪਹਿਲੇ 10-15 ਮਿੰਟ ਜਿਹੜਾ ਵਾ ਫੁੱਲ ਫਲੇਮ 'ਤੇ ਹੀ ਗੋਭੀ ਨੂੰ ਪਕਾਉਣਾ ਆ, ਪਾਣੀ ਨਹੀਂ ਪਾਉਣਾ ਵਿੱਚ, ਅਤੇ ਉਸ ਤੋਂ ਬਾਅਦ ਸਿਮ ਕਰਨਾ ਆ ਗੈਸ ਨੂੰ। ਅਤੇ ਵੇਖਿਓ ਤੁਹਾਡੀ ਗੋਭੀ ਬਿਲਕੁਲ ਵੀ ਨਹੀਂ ਘੁਲੂਗੀ, ਮੈਂ ਤੁਹਾਨੂੰ ਸ਼ੋਅ ਕਰੂੰਗੀ ਵੈਸੇ ਸਾਰੀ
ਕੇ ਕਿਵੇਂ ਦੀ ਬਣਦੀ ਆ ਅਤੇ ਬੜੀ ਵਧੀਆ ਰਹਿੰਦੀ ਆ। ਹਲਦੀ ਦਾ ਕਲਰ ਤੁਹਾਨੂੰ ਥੋੜ੍ਹਾ ਘੱਟ ਲੱਗੂਗਾ ਕਿਉਂਕਿ ਇਹ ਘਰ ਦੀ ਹਲਦੀ ਆ, ਮਿਲਾਵਟ ਵਾਲੀ ਨਹੀਂ ਆ। ਇਹਦਾ ਥੋੜ੍ਹਾ ਜਿਹਾ ਕਲਰ ਫਿੱਕਾ ਹੁੰਦਾ ਆ, ਪਰ ਜਿਵੇਂ ਜਿਵੇਂ ਸਬਜ਼ੀ ਪੱਕਦੀ ਆ ਇਹ ਤਿਵੇਂ ਤਿਵੇਂ ਆਪਣਾ ਰੰਗ ਦਿੰਦੀ ਆ। ਲਾਸਟ 'ਤੇ ਸਬਜ਼ੀ ਦਾ ਰੰਗ ਜਿਹੜਾ ਉਹ ਬਿਲਕੁਲ ਸੈੱਟ ਹੋ ਜੂਗਾ। ਅਤੇ ਇਵੇਂ ਇਸ ਨੂੰ ਫੁੱਲ ਫਲੇਮ 'ਤੇ ਮੈਂ 10 ਕੁ ਮਿੰਟ ਜਿਹੜਾ ਉਹ ਪਕਾ ਲਿਆ ਆ, ਅਤੇ ਹੁਣ ਢੱਕ ਕੇ ਆਪਾਂ ਲੋ ਫਲੇਮ ਕਰ ਦਾਂਗੇ। ਅਤੇ ਬਾਅਦ ਵਿੱਚ ਮੇਰਾ ਦਿਲ ਕੀਤਾ ਕਿ ਕਿਉਂ ਨਾ ਸੁੰਡ ਬਣਾ ਕੇ ਖਾਵਾਂ ਚਾਹ ਦੇ ਨਾਲ, ਅਤੇ ਸਰਦੀਆਂ ਦੇ ਵਿੱਚ ਤਾਂ ਉੱਦਾਂ ਵੀ ਮੈਨੂੰ ਪਸੰਦ ਆ। ਅਤੇ ਜਦੋਂ ਮੇਰਾ ਦਿਲ ਕਰੇ ਮੈਂ ਬਣਾ ਲੈਂਦੀ ਹੁੰਦੀ ਹਾਂ। ਸਿਰਫ 5 ਤੋਂ 7 ਮਿੰਟ ਲੱਗਦੇ ਆ ਅਤੇ ਝੱਟ ਬਣ ਕੇ ਤਿਆਰ ਹੋ ਜਾਂਦੀ ਆ। ਜਿੰਨਾ ਆਪਾਂ ਜਿਹੜਾ ਵਾ ਘਿਓ ਪਾਇਆ ਹੈ, ਦੇਸੀ ਘਿਓ 'ਚ ਹੀ ਬਣਾਉਂਦੀ ਹਾਂ ਮੈਂ, ਅਤੇ ਫਾਇਦਾ ਵੀ ਦੇਸੀ ਘਿਓ 'ਚ ਹੀ ਖਾਣ ਦਾ ਆ। ਉਨਾ ਹੀ ਆਪਾਂ ਆਟਾ ਪਾ ਕੇ ਭੁੰਨ ਲੈਣਾ ਆ, ਵਿੱਚ ਅਜਵਾਇਣ ਪਾਈ ਆ, ਅਤੇ ਫਿਰ ਥੋੜ੍ਹਾ ਜਦੋਂ ਇਹ ਭੁੱਜ ਜੇ ਅਤੇ ਫਿਰ ਆਪਾਂ ਵਿੱਚ ਸੁੰਡ ਐਡ ਕਰ ਦੇਣੀ ਆ। ਅਤੇ ਜਦੋਂ ਸਾਰੀਆਂ ਚੀਜ਼ਾਂ ਬਰਾਊਨ ਹੋ ਜਾਣ ਅਤੇ ਲਾਸਟ 'ਤੇ ਤੁਸੀਂ ਮਿੱਠਾ ਐਡ ਕਰਨਾ ਆ। ਉਹ ਤੁਹਾਡਾ ਮਤਲਬ ਆਪਸ਼ਨ ਆ, ਤੁਹਾਡੀ ਮਰਜ਼ੀ ਆ, ਤੁਹਾਡੀ ਚੋਇਸ ਆ। ਅਤੇ ਮੈਂ ਤਾਂ ਜੈਗਰੀ ਪਾਊਡਰ ਐਡ ਕੀਤਾ ਸੀਗਾ, ਅਤੇ ਭਾਵੇਂ ਤੁਸੀਂ ਗੁੜ ਐਡ ਕਰ ਲਓ ਜੈਗਰੀ, ਅਤੇ ਜਾਂ ਫਿਰ ਖੰਡ ਵੀ ਐਡ ਕਰ ਸਕਦੇ ਹੋ। ਡਰਾਈ ਫਰੂਟ ਵੀ ਐਡ ਕਰ ਸਕਦੇ ਹਾਂ, ਪਰ ਮੈਂ ਨਹੀਂ ਕੀਤੇ ਕਿਉਂਕਿ ਨਵਾਬ ਨੂੰ ਮੈਂ ਦੇਣੀ ਸੀ ਥੋੜ੍ਹੀ ਜਿਹੀ ਖਾਣ ਵਾਸਤੇ, ਅਤੇ ਡਰਾਈ ਫਰੂਟ ਤੋਂ ਥੋੜ੍ਹਾ ਜਿਹਾ ਕਰਦਾ ਹੁੰਦਾ ਹੈ ਕਿ ਮੇਰੇ ਮੂੰਹ 'ਚ ਆ ਰਹੇ ਆ, ਅਤੇ ਇਹਨੂੰ ਵੀ ਥੋੜ੍ਹਾ ਜ਼ੁਕਾਮ ਸੀਗਾ, ਅਤੇ ਥੋੜ੍ਹੀ ਜਿਹੀ ਖਾ ਲੂਗਾ ਅਤੇ ਖਾ ਲੈਂਦਾ ਹੁੰਦਾ ਆ ਇਹ। ਸੋ ਗੋਭੀ ਆਲਮੋਸਟ ਆਪਣੀ ਜਿਹੜੀ ਉਹ ਬਣ ਗਈ ਆ, ਅਤੇ ਲਾਸਟ 'ਤੇ ਮੈਂ ਇਹਦੇ ਵਿੱਚ ਐਡ ਕਰੂੰਗੀ ਧਨੀਆ, ਅਤੇ 2 ਮਿੰਟ ਆਪਾਂ ਇਹਨੂੰ ਜਿਹੜਾ ਹੋਰ ਪਕਾਵਾਂਗੇ। ਅਤੇ ਇਸ ਤਰ੍ਹਾਂ ਮੇਰੇ ਸਾਰੇ ਕੰਮ ਜਿਹੜੇ ਨਾਲ ਨਾਲ ਚੱਲਦੇ ਪਏ ਆ। ਅਤੇ ਚਾਹ ਰੱਖੀ ਆ ਹੁਣ ਮੈਂ, ਅਤੇ ਸੁੰਡ ਵੀ ਕੌਲੀਆਂ 'ਚ ਪਾ ਲਈ ਆ, ਅਤੇ ਵੇਟ ਆ ਸਿਰਫ ਨਵਾਬ ਦੇ ਪਾਪਾ ਦੇ ਆਉਣ ਦੀ ਔਫਿਸ ਤੋਂ। ਨਵਾਬ ਦੇ ਪਾਪਾ ਦੇ ਆਉਣ 'ਚ ਥੋੜ੍ਹਾ ਜਿਹਾ ਟਾਈਮ ਅਜੇ ਹੈਗਾ ਸੀਗਾ, ਅਤੇ ਮੈਂ ਸੋਚਿਆ ਕਿ ਯੂਟੀਲਾਈਜ਼ ਕਰ ਲੈਂਦੇ ਉਸ ਟਾਈਮ ਨੂੰ। ਅਤੇ ਇਹ ਜਿਹੜੀ ਕਿਚਨ ਦੀ ਜਾਲੀ ਆ ਇਹ ਬਹੁਤ ਕਾਲੀ ਹੋ ਗਈ ਸੀ, ਅਤੇ ਮੈਂ ਫਿਰ ਸਰਫ ਮਾਰ ਕੇ ਉੱਪਰ ਫਿਰ ਕੱਪੜੇ ਧੋਣ ਵਾਲਾ ਬ੍ਰੱਸ਼ ਚੰਗੀ ਤਰ੍ਹਾਂ ਰਗੜਿਆ, ਅਤੇ ਫਿਰ ਪਾਇਆ ਪਾਣੀ, ਅਤੇ ਬਹੁਤ ਜ਼ਿਆਦਾ ਕਾਲਖ ਨਿਕਲੀ, ਅਤੇ ਵੈਸੇ ਸਾਫ਼ ਹੋ ਗਈ ਪੂਰੀ ਜਾਲੀ। ਫਿਰ ਨਵਾਬ ਦੇ ਪਾਪਾ ਆ ਗਏ ਸੀ ਔਫਿਸ ਤੋਂ, ਅਤੇ ਅਸੀਂ ਦੋਨਾਂ ਨੇ ਬੈਠ ਕੇ ਚਾਹ ਪੀਤੀ, ਅਤੇ ਨਵਾਬ ਵੀ ਨਾਲ ਨਾਲ ਜਿਹੜਾ ਉਹ ਆ ਗਿਆ ਸੀ ਬਾਹਰ, ਅਤੇ ਗੱਲਾਂ ਕਰਦਾ ਪਿਆ ਆ, ਅਸੀਂ ਵੀ ਗੱਲਾਂ ਬਾਤਾਂ ਕੀਤੀਆਂ। ਅਤੇ ਇਹ ਸੀਗਾ ਅੱਜ ਦਾ ਵਲੌਗ, ਅਤੇ ਇਹਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ।
ਤੇ ਫਿਰ ਮੈਂ ਕਹਾਂਗੀ ਇਹੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜਿਨ੍ਹਾਂ ਨੇ ਨਹੀਂ ਕੀਤਾ ਦੂਜਿਆਂ ਨਾਲ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗਦੀ ਆ, ਅਤੇ ਸੁਜੈਸ਼ਨਸ ਆਪਣੇ ਜ਼ਰੂਰ ਦਿਆ ਕਰੋ, ਜੇ ਕੋਈ ਕੁਐਸਚਨ ਆ ਤੁਹਾਡੇ ਮਨ ਵਿੱਚ ਉਹ ਵੀ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ ਸੋ ਮੱਚ।